ਸਤਿ ਸ਼੍ਰੀ ਅਕਾਲ ਭਰਾ ਸਾਰਿਆਂ ਨੂੰ ਜੀ। ਅੱਜ ਦੀ ਵੀਡੀਓ ਆਪਣੀ ਹੈਗੀ ਆ ਅਰਮੀਨੀਆ ਦੇਸ਼ ਬਾਰੇ। ਜਿਹੜੇ ਮੇਰੇ ਭਰਾ ਉੱਥੇ ਹੈਗੇ ਫਸੇ ਆ, ਉਹਨਾਂ ਨੇ ਜਿੱਦਾਂ ਜਿੱਦਾਂ ਮੈਨੂੰ ਮੈਸੇਜ ਕਰਕੇ ਦੱਸਿਆ, ਆਪਾਂ ਉਹਨਾਂ ਦੇ ਰਿਕੋਰਡਿੰਗ ਹੀ ਵੀਡੀਓ ਬਣਾਉਣ ਲੱਗੇ ਹਾਂ। ਤੁਹਾਨੂੰ ਮੈਂ ਦੱਸ ਦੇਵਾਂ ਕਿ ਅਰਮੀਨੀਆ ਵਿੱਚ ਨਾ ਫਸੋ ਮੇਰਾ ਵੀਰ, ਠੀਕ ਆ? ਉੱਥੇ ਮੇਰੇ ਭਰਾ ਬਹੁਤ ਪੰਜਾਬੀ ਆਪਣੇ ਵੀਰ ਫਸੇ ਆ, ਜਿਹੜੇ ਇਹ ਚੀਜ਼ 'ਤੇ ਉਹਨਾਂ ਨੂੰ ਬੰਦੇ ਫਸਾ ਦਿੰਦੇ ਕਿ ਤੁਹਾਨੂੰ ਅਰਮੀਨੀਆ ਤੋਂ ਗ੍ਰੀਸ ਦੀ ਅਸੀਂ ਡੋਂਕੀ ਲਵਾ ਦਾਂਗੇ ਜਾਂ ਉੱਥੋਂ ਵੀਜ਼ਾ ਦਵਾ ਦਾਂਗੇ ਵਰਕ ਪਰਮਿਟ। ਇੱਦਾਂ ਬਿਲਕੁਲ ਵੀ ਨਹੀਂ ਹੁੰਦਾ, ਪਹਿਲਾਂ ਮੈਂ ਤੁਹਾਨੂੰ ਸਪਸ਼ਟ ਦੱਸ ਦੇਵਾਂ। ਅਤੇ ਉਸ ਤੋਂ ਬਾਅਦ ਅਰਮੀਨੀਆ ਦੇ ਵੀਜ਼ੇ ਦੀ ਕੋਸਟ ਜਿਹਦਾ ਤੁਸੀਂ ਲੈਣਾ, ਆਪ ਅਪਲਾਈ ਕਰਨਾ, ਆਪ ਤੁਸੀਂ ਅਪਲਾਈ ਕਰ ਸਕਦੇ ਜੇ ਤੁਸੀਂ ਆਉਣਾ ਚਾਹੁੰਦੇ ਤਾਂ। ਅੱਬਲ ਉਸ ਦੇਸ਼ ਵਿੱਚ ਆਉਣ ਦਾ ਕੋਈ ਫਾਇਦਾ ਨਹੀਂ ਜਿੱਥੇ ਤੁਹਾਡਾ ਕੋਈ ਫਿਊਚਰ ਨਾ ਹੋਵੇ। $7 ਦਾ ਵੀਜ਼ਾ ਮਿਲਦਾ 21 ਦਿਨਾਂ ਦਾ ਅਰਮੀਨੀਆ ਦਾ, ਤੁਸੀਂ ਗੂਗਲ 'ਤੇ ਸਰਚ ਕਰਕੇ ਦੇਖ ਸਕਦੇ ਹਾਂ। $34 ਦਾ ਵੀਜ਼ਾ ਮਿਲਦਾ 120 ਦਿਨਾਂ ਦਾ ਅਰਮੀਨੀਆ ਦਾ, ਤੁਸੀਂ ਗੂਗਲ 'ਤੇ ਸਰਚ ਕਰਕੇ ਦੇਖ ਸਕਦੇ ਹਾਂ। ਅਤੇ ਤੁਸੀਂ ਤਿੰਨ ਤਿੰਨ ਚਾਰ ਚਾਰ ਲੱਖ ਰੁਪਏ 'ਚ ਅਰਮੀਨੀਆ ਆ ਕੇ ਫਸੀ ਜਾਂਦੇ, 6-6 ਮਹੀਨਿਆਂ ਤੋਂ ਮੇਰੇ ਵੀਰ ਉੱਥੇ ਬੈਠੇ ਆ, ਅਤੇ ਕੰਮ ਵੀ ਉੱਥੇ ਨਹੀਂ ਮਿਲਦਾ। ਜਿਹੜੇ ਭਰਾ ਉੱਥੇ ਕੰਮ ਕਰਦੇ ਆ ਜਾਂ ਕੋਈ ਦਬਾਉਂਦੇ ਆ, ਉਹ ਵੀ ਪੈਸੇ ਲੈ ਕੇ ਫਿਰ ਕਿਤੇ ਜਾ ਕੇ ਅੱਗੇ ਕੰਮ ਦਬਾਉਂਦੇ ਆ। ਇੱਕ ਵੀਰ ਦਾ ਮੈਸੇਜ ਆਇਆ ਸੀ, ਕਹਿੰਦਾ ਭਰਾ ਸਾਨੂੰ 70 ਤੋਂ 80 ਬੋਰੇ ਸੀਮੈਂਟ ਦੇ, ਅਸੀਂ ਇੱਕ ਦਿਨ ਦੇ ਰਲਾਉਂਦੇ ਹਾਂ, ਫਿਰ ਜਾ ਕੇ ਫਿਰ ਉੱਧਰਲੇ 1500 ਖਰੇ 2000 ਰੁਪਇਆ ਮਿਲਦਾ, ਠੀਕ ਆ? ਜੋ ਸੱਚ ਜੋ ਮੇਰੇ ਵੀਰ ਮੈਸੇਜ ਕਰਦੇ, ਆਪਾਂ ਉਹਨਾਂ ਦੇ ਹਿਸਾਬ ਨਾਲ ਵੀਡੀਓ ਬਣਾ ਕੇ ਦੱਸ ਦਿੰਦੇ ਹੋ। ਕਹਿੰਦਾ ਵੀਡੀਓ ਬਣਾ ਕੇ ਜ਼ਰੂਰ ਦੱਸੀ ਇੱਥੇ ਦਾ ਸੱਚ ਕੀ ਆ, ਠੀਕ ਆ? ਮੈਂ ਤਾਂ ਹੀ ਤੁਹਾਨੂੰ ਦੱਸਣ ਲੱਗਾ ਕਿ ਤੁਸੀਂ ਉੱਥੇ ਨਾ ਫਸੋ, ਅਤੇ ਨਾਲੇ ਇਸ ਚੀਜ਼ ਦੇ ਝਾਂਸੇ ਵਿੱਚ ਨਾ ਫਸੋ ਕਿ ਉੱਥੇ ਅਰਮੀਨੀਆ ਤੋਂ ਤੁਸੀਂ ਸੌਖੇ ਕਿਤੇ ਗ੍ਰੀਸ ਆ ਜਾਓਗੇ। ਅਰਮੀਨੀਆ ਦੇ ਨਾਲ ਜੋਰਜੀਆ ਲੱਗਦਾ, ਤੁਰਕੀ ਲੱਗਦਾ, ਤੁਰਕੀ ਤੋਂ ਪਾਰ ਕਰਨਾ ਗ੍ਰੀਸ, ਫਿਰ ਇੰਨਾ ਸੌਖਾ ਨਹੀਂ ਹੁੰਦਾ ਇਹ ਪਾਰ ਕਰਨਾ, ਠੀਕ ਆ? ਹੈ ਨਾ, ਜਿਹੜੇ ਕੈਂਪਾਂ 'ਚ ਹੁਣ ਚੱਕ ਫੜ ਹੁੰਦੇ ਬੋਰਡਰਾਂ 'ਤੇ ਚੱਕ ਕੇ ਕੈਂਪ ਮਾਰਦੇ, ਕੈਂਪ 'ਚ 18 ਮਹੀਨੇ ਦੀ ਸਜ਼ਾ ਹੁੰਦੀ ਆ, ਇੰਨਾ ਸੌਖਾ ਨਹੀਂ ਹੁੰਦਾ। ਕਈ ਇੱਕ ਭਰਾ ਦਾ ਮੈਸੇਜ ਹੋਰ ਹੈ ਸੀ, ਉਹ ਕਹਿੰਦਾ ਕਿ ਸਾਡੇ ਤੋਂ ਏਜੰਟ ਨੇ ਪਾਸਪੋਰਟ ਲੈ ਲਿਆ, ਸਾਡੇ ਪਾਸਪੋਰਟ 'ਤੇ ਸਟਿੱਕਰ ਵੀਜ਼ਾ ਲੱਗ ਦੇਣਾ। ਨਾ ਉਹਦੀ ਬਾਇਓਮੈਟ੍ਰਿਕ ਭਰਾ ਕੀਤੀ, ਨਾ ਉਹਦੇ ਫਿੰਗਰ ਹੋਏ, ਨਾ ਉਹਦੀ ਫੋਟੋ ਹੋਈ, ਨਾ ਉਹ ਅੰਬੈਸੀ ਹੋਇਆ। ਬਿਨਾਂ ਅੰਬੈਸੀ ਤੋਂ ਗਏ ਯਾਰ, ਤੁਹਾਨੂੰ ਕਿੱਦਾਂ ਕੋਈ ਵੀਜ਼ਾ ਲਾ ਕੇ ਦੇ ਦੂਗਾ, ਮੈਨੂੰ ਦੱਸੋ ਪਹਿਲਾਂ। ਇੱਦਾਂ ਫੇਕ ਸਕੈਮ ਬਹੁਤ ਚੱਲਦਾ, ਫੇਕ ਵੀਜ਼ੇ ਬਹੁਤ ਲਾ ਕੇ ਦੇ ਸਕਦੇ। ਇਹ 'ਚ ਤੁਹਾਡਾ, ਉਹਨਾਂ ਦਾ ਕੋਈ ਨੁਕਸਾਨ ਨਹੀਂ, ਉਹਨਾਂ ਤੋਂ ਤੁਹਾਡੇ ਤੋਂ ਪੈਸੇ ਲੈ ਲੈਣੇ ਜਿਹੜੇ ਬੰਦੇ ਨੇ ਤੁਹਾਡਾ ਕੰਮ ਕਰਵਾਉਣਾ, ਪਰ ਤੁਹਾਡੇ ਪਾਸਪੋਰਟ ਦੀ ਵੈਲਿਊ ਡਾਊਨ ਤੁਹਾਡੀ ਹੁੰਦੀ ਹੈ, ਠੀਕ ਹੈ? ਇੱਕ ਬੰਦੇ ਦੇ ਨੁਕਸਾਨ ਨਾਲ ਆਪਣੇ ਕੰਟਰੀ ਦੇ ਜਿੰਨੇ ਵੀ ਬੰਦੇ ਸਾਰਿਆਂ ਦਾ ਭਰਾ ਉਸ ਚੀਜ਼ ਦਾ ਵੈਲਿਊ ਡਾਊਨ ਹੁੰਦੀ ਹੈ। ਉਹ ਸਟੈਪ ਨਾ ਚੱਕਿਆ ਕਰੋ। ਜੇ ਉਹਨਾਂ ਦਾ ਤੁਸੀਂ ਇੱਕ ਨੰਬਰ ਦੇ ਵਿੱਚ ਆਵੋ, ਜਿਹਦਾ ਤੁਹਾਡਾ ਫਾਇਦਾ ਵੀ ਹੋਵੇ, ਤੁਸੀਂ ਆਪਣੇ ਪਰਿਵਾਰ ਨੂੰ ਵੀ ਵਾਪਸ ਮਿਲਣ ਜੋਗੇ ਹੋਵੋ, ਠੀਕ ਆ? ਹੁਣ ਵਰਕ ਪਰਮਿਟ ਬਥੇਰੀਆਂ ਕੰਟਰੀਆਂ ਦੇ ਲੱਗਦੇ ਆ, ਸ਼ਾਨਗੰਜ ਤੁਸੀਂ ਉਹਨਾਂ ਜਿਹਦਾ ਗ੍ਰੀਸ ਦਾ ਵਰਕ ਪਰਮਿਟ ਭਰਾ ਮਿਲ ਜਾਂਦਾ ਆ। ਗ੍ਰੀਸ ਦੇ ਵਰਕ ਪਰਮਿਟ ਦਾ ਇਹੀ ਹੁੰਦਾ ਕਿ ਪੇਪਰ ਤਾਂ ਇੱਥੋਂ ਨਿਕਲ ਜਾਂਦੇ ਆ, ਗੱਲ ਮੇਨ ਮੈਡੀਕਲ ਅਤੇ ਇੰਟਰਵਿਊ ਦੀ ਹੁੰਦੀ। ਮੈਡੀਕਲ ਇੰਟਰਵਿਊ ਕਲੀਅਰ ਕਰੋਗੇ ਤਾਂ ਵੀਜ਼ਾ ਤੁਹਾਨੂੰ ਸੌਖਾ ਮਿਲ ਜਾਂਦਾ ਹੈ, ਇਹ 'ਚ ਕੋਈ ਔਖਾ ਨਹੀਂ ਹੈਗਾ। ਅਤੇ ਉਸ ਤੋਂ ਬਾਅਦ ਤੁਹਾਡੇ ਕੀ ਕਹਿੰਦੇ ਆ, ਆਹ ਲਥਵਾਨੀਆ ਕੰਟਰੀ ਦੇ ਵਰਕ ਪਰਮਿਟ ਲੱਗਦੇ ਆ, ਠੀਕ ਆ? ਉਸ ਤੋਂ ਬਾਅਦ ਤੁਹਾਡੇ ਹੰਗਰੀ, ਹੰਗਰੀ ਨੇ ਚਲੋ 2 ਮਹੀਨੇ ਲਈ ਹਲੇ ਬੰਦ ਕੀਤਾ, ਜਨਵਰੀ ਫਰਵਰੀ 'ਚ ਉਹਨਾਂ ਨੇ ਵੀ ਖੋਲ ਦੇਣੇ ਆ। ਪੋਲੈਂਡ ਦੇ ਵਰਕ ਪਰਮਿਟ ਲੱਗ ਜਾਂਦੇ ਆ, ਇੱਦਾਂ ਬਥੇਰੀ ਕੰਟਰੀ ਸ਼ਨਗੰਦ ਜੇ ਤੁਸੀਂ ਆਉਣਾ ਤਾਂ ਵਰਕ ਪਰਮਿਟ ਲੱਗ ਜਾਂਦੇ, ਨਾਲੇ ਕੋਸਟ ਵੀ ਘੱਟ ਹੁੰਦੀ ਇਹਨਾਂ ਦੀ। ਤੁਸੀਂ ਕਿਸੇ ਦੇ ਮਗਰ ਲੱਗ ਕੇ ਪੈਸਾ ਨਾ ਖਰਾਬ ਕਰੋ, ਅਤੇ ਉਸ ਦੇਸ਼ ਵਿੱਚ ਆਉਣ ਦਾ ਕੋਈ ਫਾਇਦਾ ਨਹੀਂ ਜਿੱਥੇ ਮੇਰੇ ਵੀਰ ਤੁਹਾਡੇ ਪੈਸੇ ਨਾ ਭਰਨ, ਅਤੇ ਤੁਸੀਂ ਪੈਸਾ ਆਪਣਾ ਖਰਾਬ ਕਰਕੇ ਫਿਰ ਤੁਹਾਨੂੰ ਵਾਪਸ ਮੁੜਨਾ ਪਵੇ। ਅਤੇ ਇਸ ਤੋਂ ਬਾਅਦ ਅਰਮੀਨੀਆ ਨਾਲੋਂ ਜਿਹੜੇ ਆਰ ਅਤੇ ਅਰਮਾਨੀਆ ਪੈਂਦਾ ਉਹ ਕੰਟਰੀ ਵਧੀਆ, ਉੱਥੇ ਪੈਸੇ ਬਣ ਜਾਂਦੇ, 50-60 ਹਜ਼ਾਰ ਰੁਪਏ ਉੱਥੇ ਬੰਦਾ ਬਣਾ ਲੈਂਦਾ ਆ। ਅਤੇ ਮੇਰਾ ਵੀਰ ਗ੍ਰੀਸ ਦੇ ਝਾਂਸੇ ਵਿੱਚ ਨਾ ਫਸੇ, ਕਿ ਤੁਹਾਨੂੰ ਕੋਈ ਸੌਖਾ ਹੀ ਉੱਥੇ ਪਹੁੰਚਾ ਦੂਗਾ, ਠੀਕ ਆ? ਬਾਕੀ ਫਿਰ ਵੀ ਮੇਰਾ ਭਰਾ ਕੋਈ ਜੇ ਗੱਲ ਰਹਿ ਗਈ ਹੋਊਗੀ, ਜਿਹੜੇ ਮੇਰੇ ਭਰਾ ਅਰਮੀਨੀਆ ਦੇ ਵਿੱਚ ਹੈਗੇ ਉਹਨਾਂ ਨੇ ਮੈਸੇਜ ਕੀਤੇ ਸੀ, ਤਾਂ ਆਪਾਂ ਤਾਂ ਵੀਡੀਓ ਬਣਾਉਣ ਲੱਗੇ ਹਾਂ, ਅਤੇ ਆਪਾਂ ਪਾਉਣਾ ਆਪਣੇ ਚੈਨਲ ਦੇ ਉੱਤੇ, ਅਤੇ ਤਾਂ ਕਿ ਕਿਸੇ ਦੀ ਹੈਲਪ ਹੋ ਸਕੇ ਕਿ ਆਉਣ ਵਾਲਾ ਟਾਈਮ 'ਚ ਜੇ ਕਿਸੇ ਨੇ ਕੋਈ ਆਉਣਾ ਹੋਵੇ ਤਾਂ ਬੰਦਾ ਵੀਡੀਓ ਦੇਖ ਲਵੇ, ਅਤੇ ਇਹ ਸਟੈਪ ਨਾ ਚੱਕੇ, ਆਪਣੇ ਪੈਸੇ ਬਚਾ ਲੈਣ, ਠੀਕ ਆ ਭਰਾ? ਬਾਕੀ ਜੇ ਫਿਰ ਵੀ ਕੋਈ ਗੱਲ ਰਹਿ ਗਈ ਹੋਊਗੀ ਤਾਂ ਮੇਰਾ ਭਰਾ ਮੈਨੂੰ ਦੱਸ ਦਿਓ ਕਮੈਂਟ ਕਰਕੇ। ਅਤੇ ਬਾਕੀ ਵੀਡੀਓ ਦੇਖਣ ਲਈ ਧੰਨਵਾਦ। ਜੇ ਕਿਸੇ ਨੇ ਮੇਰੇ ਭਰਾ ਨੇ ਗ੍ਰੀਸ ਦੇ ਰਿਕੋਰਡਿੰਗ ਕੋਈ ਗੱਲ ਪੁੱਛਣੀ ਹੋਊਗੀ ਜਾਂ ਹੋਰ ਕੁਝ ਪੁੱਛਣਾ ਹੋਵੇ ਤਾਂ ਇੰਸਟਾ 'ਤੇ ਜਾਂ ਫੇਸਬੁੱਕ 'ਤੇ ਮੈਸੇਜ